हाँ जी ब्रदर, मैं अमरजोत सिंह बोल रहा हूँ, ਤੁਹਾਡੇ ਨਾਲ ਮੈਂ ਗੱਲ ਕਰਨੀ ਸੀ ਕਿ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ। ਜੋ ਆਪਾਂ ਸਪਾਊਸ ਵੀਜ਼ਾ ਤੁਸੀਂ ਇੰਟਰਵਿਊ ਕਰ ਲੈ ਕੇ ਆਏ ਹੋ, ਸਿਰਫ ਮਕਸਦ ਸਾਡਾ ਇਹ ਹੀ ਹੈ ਕਿ ਵੀ ਦੁਨੀਆ ਨੂੰ ਪਤਾ ਚੱਲੇ ਕਿ ਵੀ ਕਿਹੋ ਜਿਹੇ ਸਵਾਲ ਤੁਹਾਨੂੰ ਪੁੱਛੇ ਗਏ, ਤੇ ਬਾਕੀ ਆਪਾਂ ਜੋ ਪ੍ਰੈਕਟਿਸ ਕਰ ਰਹੇ ਸੀ ਦੋ ਤਿੰਨ ਵਾਰ ਚਾਰ ਵਾਰ, ਤੇ ਉਹਦੇ ਨਾਲ ਤੁਹਾਡਾ ਕੋਈ ਫਾਇਦਾ ਹੋਇਆ ਕਿ ਕੋਈ ਨਈ ਗੱਲ ਪਤਾ ਲੱਗੀ? ਇਹ ਦੱਸੋ ਕਿ ਕੱਲ ਕਿਸ ਤਰ੍ਹਾਂ ਹੋਇਆ, ਕੱਲ ਤੁਸੀਂ ਜਦ ਐਮਬੈਸੀ ਚ ਗਏ ਤੇ ਉਹ ਫਿਰ ਐਕਸਪੀਰੀਅੰਸ ਦੱਸੋ ਕਿੱਦਾਂ ਕਿੱਦਾਂ ਹੋਈ। ਹਾਂਜੀ ਸਰ, ਮੈਂ ਉੱਥੇ ਗਿਆ ਤੇ ਸਾਨੂੰ ਉਹਨਾਂ ਨੇ ਇੱਕ ਹਾਲ 'ਚ ਬਿਠਾ ਤਾ ਵੱਡੇ 'ਚ, ਤੇ ਉੱਥੇ ਅਸੀਂ ਅਬਾਊਟ ਮੈਂ ਕਹਿੰਦਾ 15 ਮਿੰਟ ਬੈਠੇ, 15 ਮਿੰਟ ਓਕੇ। ਹਾਂਜੀ ਉੱਥੇ ਬੈਠੇ ਤੇ ਸਾਡੇ ਇੰਟਰਪ੍ਰੇਟਰ ਨੇ ਮੈਨੂੰ ਕਿਹਾ ਵੀ ਯਾਦਵਿੰਦਰ ਸਿੰਘ ਗਿੱਲ ਕੌਣ? ਮੈਂ ਕਿਹਾ ਵੀ ਮੈਂ, ਉਹ ਕਹਿੰਦੇ ਵੀ ਆ ਜਾਓ ਅੰਦਰ। ਅੱਛਾ, ਤੇ ਅਸੀਂ ਅੰਦਰ ਜਾ ਕੇ ਬੈਠ ਗਏ ਤੇ ਮੇਰੀ ਵਾਈਫ ਮੇਰੇ ਲੈਫਟ ਸਾਈਡ ਬਹਿ ਗਈ ਤੇ ਇੰਟਰਪ੍ਰੇਟਰ ਰਾਈਟ ਸਾਈਡ ਬੈਠ ਗਿਆ, ਤਿੰਨੇ ਅਸੀਂ ਬੈਠ ਗਏ। ਇੱਕ ਸੈਕਿੰਡ ਥੋੜਾ ਜਿਹਾ ਇੱਥੇ ਥੋੜਾ ਕਰ ਜਾਓ ਤੇਰਾ। ਤੁਸੀਂ ਆਪਾਂ ਪਹਿਲਾਂ ਆਪਾਂ ਡਿਸਕਸ ਸ਼ਾਇਦ ਕਰ ਚੁੱਕੇ ਸੀ, ਇਹ ਪਹਿਲਾਂ ਇਹ ਸੀ ਕਿ ਬਈ ਵਾਈਫ ਨੂੰ ਅੰਦਰ ਜਾਣ ਦੀ ਇਜਾਜ਼ਤ ਮਿਲੇਗੀ ਨਹੀਂ ਮਿਲੇਗੀ, ਯਾਦ ਹੈ? ਆਪਾਂ ਪਹਿਲਾਂ ਸ਼ਾਇਦ ਤੁਸੀਂ ਪੁੱਛ ਰਹੇ ਸੀ ਵਾਈਫ ਕਿੱਦਾਂ ਆਏਗੀ। ਹੁਣ ਵਾਈਫ ਚਲੀ ਗਈ ਅੰਦਰ, ਵਾਈਫ ਤੇ ਨਾ ਵਾਈਫ ਨੂੰ ਕੁਝ ਪੁੱਛਿਆ ਨਹੀਂ ਇਹਨਾਂ ਨੇ? ਨਹੀਂ ਨਹੀਂ ਸਰ, ਕੁਝ ਨਹੀਂ ਪੁੱਛਿਆ। ਦੱਸ, ਵੈਰੀ ਗੁੱਡ, ਓਕੇ ਠੀਕ ਹੈ। ਤੇ ਉਹਦੇ ਬਾਅਦ ਫਿਰ ਉਹਦੇ ਬਾਅਦ ਹਾਂਜੀ ਉਸ ਤੋਂ ਬਾਅਦ ਅਸੀਂ ਉੱਥੇ ਅੰਦਰ ਐਂਟਰ ਹੋਏ ਤੇ ਹੈਲੋ ਇਹ ਹੈਲੋ ਹਾਏ ਕਰਿਆ ਤੇ ਅਸੀਂ ਬੈਠ ਗਏ। ਤੇ ਉਸ ਤੋਂ ਬਾਅਦ ਉਹਨੇ ਆਪਣੇ ਇੰਟਰਵਿਊ ਉਹਨੇ ਆਪਣੇ ਜਿਹੜਾ ਆਫਿਸਰ ਸੀ ਉਹਨੇ ਕਿਹਾ ਵੀ ਮੈਂ ਤੁਹਾਡੇ ਆਫਿਸਰ ਹਾਂ, ਵੀ ਮੈਂ ਤੁਹਾਡੇ ਇੰਟਰਵਿਊ ਲਈ ਆਈ ਹਾਂ ਇੱਥੇ ਕੈਨੇਡਾ ਤੋਂ। ਗੋਰਾ ਗੋਰੀ ਗੋਰੀ ਸੀ ਗੋਰੀ ਗੋਰੀ ਸੀ ਕੈਨੇਡਾ ਦੀ ਗੋਰੀ ਸੀ। ਓ ਗੁੱਡ, ਓਕੇ ਹਾਂਜੀ ਠੀਕ ਹੈ। ਤੇ ਉਹ ਕਹਿੰਦੀ ਮੈਂ ਵੀ ਆਫਿਸਰ ਹਾਂ ਤੁਹਾਡੇ ਕੈਨੇਡਾ ਤੋਂ, ਵੀ ਤੁਹਾਡੇ ਇੰਟਰਵਿਊ ਲਈ ਹਾਂ। ਹਾਂ ਤੇ ਵੀ ਜੇ ਤੁਹਾਡੀ ਮੈਰਿਜ ਤੁਹਾਡੀ ਵੀ ਡੁਪਲੀਕੇਟ ਹੋਈ ਮੈਂ ਤੁਹਾਨੂੰ ਬੈਨ ਕਰ ਦੂੰਗੀ 5 ਸਾਲ ਲਈ। ਅੱਛਾ ਹਾਂਜੀ, ਨੇ ਪਹਿਲਾਂ ਆਹ ਗੱਲ ਕਹੀ ਹੈ ਮੈਨੂੰ। ਹਾਂ ਓਕੇ ਤੇ ਓਕੇ ਉਹ ਕਹਿੰਦੀ ਵੀ ਤੁਹਾਡੀ ਵਾਈਫ ਨੇ ਵੀ ਇਹਨਾਂ ਨੂੰ ਵੀ ਇਹਨੂੰ ਮੇਰੀ ਵਾਈਫ ਨੂੰ ਕਹਿੰਦੀ ਤੁਸੀਂ ਬਾਹਰ ਹੋ ਜਾਓ, ਮੈਂ ਤੁਹਾਡੇ ਹਸਬੈਂਡ ਦੀ ਫਸਟ ਇੰਟਰਵਿਊ ਲਊਂਗੀ। ਠੀਕ ਹੈ ਜੀ। ਹਾਂਜੀ ਤੇ ਇਹਨਾਂ ਨੂੰ ਬਾਹਰ ਕਰਤਾ ਤੇ ਇਹ ਬਾਹਰ ਬੈਠ ਕੇ ਹਾਲ 'ਚ ਤੇ ਮੇਰੀ ਇੰਟਰਵਿਊ ਉਹਨਾਂ ਨੇ ਸਟਾਰਟ ਕੀਤੀ। ਤੇ ਪਹਿਲਾਂ ਉਹਨਾਂ ਨੇ ਮੈਨੂੰ ਕੁਐਸਚਨ ਕੀਤਾ ਵੀ ਤੁਸੀਂ ਪਹਿਲੀ ਵਾਰ ਕਦੋਂ ਮਿਲੇ? ਤੇ ਮੈਂ ਦੱਸਤਾ ਤੇ ਮੈਂ ਸਾਰਾ ਆਂਸਰ ਵੀ ਦੱਸਾਂ, ਆਂਸਰ ਦੀ ਲੋੜ ਨਹੀਂ। ਨਹੀਂ ਆਂਸਰ ਜ਼ਰੂਰ ਨਹੀਂ, ਪਰ ਦੇਖੋ ਮੇਰੇ ਖਿਆਲ ਹੈ ਕਿ ਯਾਦ ਹੈ ਤੁਹਾਨੂੰ ਜਦ ਆਪਾਂ ਪ੍ਰੈਕਟਿਸ ਕਰਦੇ ਸੀ, ਇਹ ਵੀ ਇਹੀ ਸਵਾਲ ਮੈਂ ਤੁਹਾਨੂੰ ਕਈ ਵਾਰ ਪੁੱਛਿਆ ਹੋਵੇਗਾ। ਹਾਂਜੀ ਤੁਹਾਨੂੰ ਸ਼ਾਇਦ ਚੇਤਾ ਆ ਰਿਹਾ ਕਿ ਵੀ ਯਾਦ ਹੈ ਆਪਾਂ ਜਦ ਪ੍ਰੈਕਟਿਸ ਕਰ ਰਹੇ ਸੀ ਇਹੀ ਸਵਾਲ ਮੈਂ ਤੁਹਾਨੂੰ ਕਈ ਵਾਰ ਪੁੱਛਿਆ ਸੀ। ਹਾਂ ਚਲੋ ਓਕੇ ਗੋ ਅਹੈਡ। ਜਾਨੀ ਉਹਨਾਂ ਮੈਂ ਹਾਂਜੀ ਉਹਨਾਂ ਮੈਨੂੰ ਪਹਿਲੀ ਵਾਰ ਕਦੋਂ ਮਿਲੇ ਮੈਂ ਦੱਸਿਆ, ਮੈਂ ਡੇਟ ਦੱਸਤੀ, ਉਹ ਕਹਿੰਦੇ ਠੀਕ ਆ। ਤੇ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਪੁੱਛਿਆ ਵੀ ਤੇਰਾ ਜਿਹੜਾ ਇਹ ਰਿਸ਼ਤਾ ਵੀ ਕਿੱਦਾਂ ਹੋਇਆ? ਹਾਂ ਮੈਂ ਕਿਹਾ ਮੈਂ ਦੱਸਿਆ ਵੀ ਏਦਾਂ ਏਦਾਂ ਮੇਰੇ ਅੰਕਲ ਸੀ ਉੱਥੇ। ਦੇਖੋ ਤੁਸੀਂ ਮੈਨੂੰ ਜਵਾਬ ਨਾ ਦੱਸੋ, ਬਸ ਆਪਣਾ ਸਵਾਲ ਦੱਸਦੇ ਜਾਓ ਮੈਨੂੰ, ਜਵਾਬ ਤੇ ਪਤਾ ਹੀ ਹੈ, ਸਵਾਲ ਦੱਸੋ ਵੀ ਤੁਹਾਡਾ ਰਿਸ਼ਤਾ ਕਿੱਦਾਂ ਹੋਇਆ। ਹਾਂ ਠੀਕ ਹੈ ਜੀ। ਉਸ ਤੋਂ ਬਾਅਦ ਮੈਨੂੰ ਪੁੱਛ ਵੀ ਤੁਸੀਂ 2.5 ਸਾਲ ਰਿਲੇਸ਼ਨ ਚ ਰਹੇ ਵੀ ਚੈਟ ਤੇ, ਹਾਂ ਕੰਟੈਕਟ ਚ ਰਹੇ ਵੀ ਇੰਨਾ ਗੈਪ ਕਿਉਂ ਪਾਇਆ? ਵੀ ਉਹ ਤੋਂ ਤੇਰੀ ਵਾਈਫ ਛੇਤੀ ਕਿਉਂ ਨਹੀਂ ਆਈ, ਜਲਦੀ ਕਿਉਂ ਨਹੀਂ ਆਈ ਮੈਰਿਜ ਲਈ? ਹਾਂਜੀ ਤੇ ਮੈਂ ਦੱਸਿਆ ਵੀ ਠੀਕ ਆ। ਉਹ ਤੋਂ ਬਾਅਦ ਉਹਨੇ ਕਿਹਾ ਵੀ ਜਦੋਂ ਤੇਰੀ ਵਾਈਫ ਆਈ ਆ ਤੇਰੀ ਮੈਰਿਜ ਤੋਂ ਪਹਿਲਾਂ ਵੀ ਕਿੰਨੀ ਤਰੀਕ ਨੂੰ ਆਈ ਸੀ ਇੰਡੀਆ 'ਚ ਤੇ ਕਿਹੜੇ ਪਰਪਸ ਲਈ ਆਈ ਸੀ? ਤੇ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਮੈਨੂੰ ਹਾਂਜੀ ਤੁਸੀਂ ਹਨੀਮੂਨ ਤੇ ਕਿਉਂ ਨਹੀਂ ਗਏ? That's right. ਲੰਘ ਗਿਆ ਟਾਈਮ ਵੀ ਤੁਸੀਂ ਅੱਗੇ ਤੁਸੀਂ ਕਿਉਂ ਨਹੀਂ ਗਏ ਹੈਗੇ? ਤੇ ਮੈਂ ਉਸ ਤੋਂ ਬਾਅਦ ਉਹ ਕਹਿੰਦੇ ਹਾਂਜੀ ਵੀ ਤੁਹਾਡੀ ਵਾਈਫ ਕੈਨੇਡਾ ਤੋਂ ਆਈ ਹੈ। ਚਲੋ ਤੁਹਾਡੀ ਗੱਲ ਹੋਰ, ਵੀ ਤੁਹਾਡੀ ਵਾਈਫ ਕੈਨੇਡਾ ਤੋਂ ਆਈ, ਉਹਨਾਂ ਨੇ ਤੁਹਾਨੂੰ ਕਿਹਾ? ਉਹਨੇ ਲਾਈਕ ਕੀਤਾ ਜਾਣਾ। ਹਾਂਜੀ ਤੇ ਉਹਨਾਂ ਨੇ ਪੁੱਛਿਆ ਵੀ ਤੇਰਾ ਕੈਨੇਡਾ 'ਚ ਕੌਣ ਕੌਣ ਆ? ਜਿਹੜਾ ਮੇਰੇ ਉੱਧਰ ਮੇਰੀ ਫੈਮਿਲੀ ਵੀ ਉਹ 'ਚ ਕੌਣ ਆ? ਵੀ ਤੇਰਾ ਰਿਸ਼ਤਾ ਦੱਸ ਵੀ ਕੌਣ ਆ ਉੱਥੇ, ਅੰਕਲ ਹੈਗਾ ਕੌਣ ਆ, ਚੰਗੀ ਤਰ੍ਹਾਂ ਦੱਸ ਵੀ ਕੌਣ ਆ? ਹਾਂਜੀ ਤੇ ਮੈਂ ਦੱਸਿਆ ਵੀ ਆ ਤੇ ਬਾਕੀ ਮੇਰੀ ਇਹਦੀ ਵਾਈਫ ਦੀ ਫੈਮਿਲੀ ਵਾਲੇ ਪੁੱਛੀ ਉਹਨਾਂ ਦਾ ਕੌਣ ਕੌਣ ਆ ਉੱਥੇ, ਤੇ ਬਾਕੀ ਇਹਦੀ ਮੇਰੀ ਵਾਈਫ ਦੀ ਡੇਲੀ ਰੂਟੀਨ ਪੁੱਛੀ ਆ।
ਵੀ ਸਵੇਰ ਤੋਂ ਸ਼ਾਮ ਤੱਕ ਕੀ ਕਰਦੀ ਆ, ਕਦੋਂ ਕੰਮ ਤੇ ਦੈਟਸ ਰਾਈਟ। ਜਾਂਦੀ ਆ, ਹਾਂਜੀ ਹਾਂ ਸਾਰਾ ਕੁਛ ਪੁੱਛਿਆ। ਤੇ ਤੁਸੀਂ ਫੋਨ ਤੇ ਫਿਰ ਕਦੋਂ ਗੱਲ ਕਰਦੇ ਆ? ਹਾਂ ਤੇ ਮੈਨੂੰ ਬਾਕੀ ਪੁੱਛਿਓ, ਤੇਰੀ ਵਾਈਫ ਆ ਜਿਹੜੀ ਤੈਨੂੰ ਫਾਈਨੈਂਸ਼ੀਅਲ ਸਪੋਰਟ ਕਰਦੀ ਆ? ਪੈਸੇ ਹਾਂ ਭੇਜਦੇ ਤੈਨੂੰ ਮਨੀ? ਹਾਂ ਮੈਂ ਭੇਜ ਦਿੱਤੇ, ਮੈਨੂੰ ਕਹਿੰਦੀ ਵੀ ਤੇਰੇ ਕੋਲ ਪ੍ਰੂਫ ਹੈਗੇ ਆ ਤੇ? ਮੈਂ ਕਿਹਾ ਹੈਗੇ ਆ। ਹਾਂ ਤੇ ਉਹ ਕਹਿੰਦੀ ਸ਼ੋ ਮੀ, ਹਾਂ ਤੇ ਮੈਂ ਦੇ ਦਿੱਤੇ। ਉਹ ਕਹਿੰਦੀ ਓਕੇ ਠੀਕ ਆ, ਸਾਈਡ ਤੇ ਰੱਖ ਤੇ। ਹਾਂ ਤੇ ਉਹਦੇ ਬਾਅਦ ਕਹਿੰਦੀ ਤੇਰੇ ਕੋਲ ਤੁਹਾਡੇ ਆਫਟਰ ਮੈਰਿਜ ਪਿਕਸ ਤੁਹਾਡੀਆਂ ਹੋਣ, ਦੋਵਾਂ ਦੀਆਂ ਇਕੱਠੀਆਂ ਨੀਆਂ, ਹਾਂ ਤੇ ਮੈਰਿਜ ਦੀਆਂ ਪਿਕਸ ਹੋਣ? ਮੈਂ ਕਿਹਾ ਹਾਂ ਹੈਗੀਆਂ। ਕਹਿੰਦੀ ਚਲੋ ਵੀ ਸ਼ੋ ਮੀ ਦਿਖਾਓ ਮੈਨੂੰ। ਤੇ ਹਾਂ ਮੈਂ ਆਪਣੇ ਫੋਟੋਆਂ ਕੱਢੀਆਂ ਇਹਨਾਂ, ਮੈਂ ਦੇਤੀਆਂ ਲਗਭਗ 40-50 ਫੋਟੋਆਂ ਦੇਤੀਆਂ। ਓਕੇ ਤੇ ਉਹਨੇ ਸਾਰੀਆਂ ਚੈੱਕ ਕਰੀਆਂ, ਵਿੱਚ ਧਿਆਨ ਨਾਲ ਵੀ ਦੇਖੀਆਂ, ਵਿੱਚ ਯਾਨੀ ਕਿ ਛੇਤੀ ਛੇਤੀ ਵੀ ਕੱਢਤੀਆਂ ਜਲਦੀ 'ਚ। ਤੇ ਕਹਿੰਦੀ ਓਕੇ ਠੀਕ ਆ। ਤੇ ਮੈਂ ਕਿਹਾ ਵੀ ਮੈਰਿਜ ਦੀ ਮੇਰੇ ਕੋਲ ਐਲਬਮ ਆ, ਮੈਂ ਇੰਟਰਪ੍ਰੇਟਰ ਨੂੰ ਕਹਿ ਵੀ ਦੇਵਾਂ। ਤੇ ਉਹਨੇ ਪੁੱਛਿਆ ਵੀ ਐਡੀ ਐਲਬਮ ਤੁਹਾਨੂੰ ਚਾਹੀਦੀ ਆ? ਉਹ ਕਹਿੰਦੀ ਨੋ, ਉਹਨੂੰ ਲੋੜ ਨਹੀਂ ਹੈਗੀ, ਇਟਸ ਓਕੇ। ਕਹਿੰਦੀ ਠੀਕ ਆ। ਤੇ ਉਹ ਤੋਂ ਬਾਅਦ ਤੇ ਉਹਨੇ ਪੁੱਛਿਆ ਵੀ ਤੇਰੀ ਵਾਈਫ ਦਾ ਕੈਨੇਡਾ 'ਚ ਕੋਈ ਫਰੈਂਡ ਹੋਵੇ, ਉਹਦਾ ਨਾਮ ਤੁਸੀਂ ਜਾਣ, ਜਿਹੜਾ ਤੁਹਾਡੇ ਰਿਲੇਸ਼ਨ ਨੂੰ ਜਾਣਦਾ ਹੋਵੇ? ਤੇ ਮੈਂ ਦੱਸਤਾ। ਕਹਿੰਦੀ ਓਕੇ ਠੀਕ ਆ। ਤੇ ਕਹਿੰਦੀ ਵੀ ਤੇਰੀ ਵਾਈਫ ਉਹਦੇ ਨਾਲ ਟਾਈਮ ਕਦੋਂ ਸਪੈਂਡ ਕਰਦੀ ਆ? ਜਿਹੜਾ ਉਹਦਾ ਫਰੈਂਡ ਆ ਮੇਨ, ਵੀ ਉਹਦੇ ਨਾਲ ਕਦੋਂ ਟਾਈਮ ਕੱਢਦੀ ਆ, ਉਹਦੇ ਲਈ ਕਦੋਂ ਉਹਦੇ ਨਾਲ ਗੱਲਾਂ ਬਾਤਾਂ ਘੁੰਮਣ ਫਿਰਨ ਜਾਂਦੇ ਆ, ਠੀਕ ਆ ਨਾ? ਤੇ ਉਹ ਬਾਹਰ ਦਾ ਵੀ ਤੇਰੀ ਵਾਈਫ ਬਾਹਰ ਦਾ ਖਾਣਾ ਪਸੰਦ ਕਰਦੀ ਆ? ਤੇ ਜੇ ਪਸੰਦ ਕਰਦੀ ਆ ਬਾਹਰ ਦਾ ਖਾਣਾ, ਤਾਂ ਉਹਦੀ ਫੇਵਰੇਟ ਪਲੇਸ ਕਿਹੜੇ ਜਿੱਥੇ ਉਹ ਜਾ ਕੇ ਖਾਣਾ ਚਾਹੁੰਦੀ ਆ? ਓਏ ਹੋਏ, ਅੱਛਾ। ਹਾਂਜੀ। ਤੇ ਬਾਕੀ ਉਹਨਾਂ ਨੇ ਪੁੱਛਿਆ ਸੀ ਆਪਣੇ ਇਹਨਾਂ ਦੀ ਫੈਮਿਲੀ ਬਾਰੇ, ਸੰਦੀਪ ਦੀ ਫੈਮਿਲੀ ਬਾਰੇ, ਵੀ ਕੌਣ ਕੌਣ ਆ, ਵੀ ਇੱਥੇ ਇੰਡੀਆ 'ਚ ਕੌਣ ਕੌਣ ਆ, ਵੀ ਤੇਰੀ ਵਾਈਫ ਦੀ ਫੈਮਿਲੀ 'ਚੋਂ ਇੰਡੀਆ 'ਚ ਕੌਣ ਕੌਣ ਆ? ਤੇ ਹੋਰ ਸਰ ਬਸ ਦੈਟਸ ਇਟ, ਇਹੀ ਕੁਐਸਚਨ ਸੀ ਸਰ। ਤੇ ਫਿਰ ਵਾਈਫ ਨੂੰ ਬੁਲਾ ਕੇ ਵਾਈਫ ਨੂੰ ਪੁੱਛਿਆ ਕੁਛ? ਹਾਂਜੀ। ਤੇ ਮੈਨੂੰ ਕਹਿੰਦੇ ਵੀ ਚਲੋ ਵੀ ਤੁਸੀਂ ਹੁਣ ਬਾਹਰ ਹੋ ਜਾਓ, ਆਊਟਸਾਈਡ ਹੋ ਜਾਓ, ਮੈਂ ਤੁਹਾਡੀ ਵਾਈਫ ਨੂੰ ਪੁੱਛਣਾ ਚਾਹੁੰਦੀ ਕੁਛ ਕੁਐਸਚਨ। ਉਹ ਹੈ ਸੰਦੀਪ ਬੈਠੀ ਹੈ ਨਾਲ, ਕਰਾਓ ਜਰਾ ਗੱਲ। ਹਾਂਜੀ। ਤੇ ਸਰ ਮੈਨੂੰ ਇੱਕ ਕੁਐਸਚਨ ਹੋਰ ਪੁੱਛਿਆ ਸੀ ਵੀ ਤੂੰ ਆਪਣੀ ਵਾਈਫ ਨਾਲ ਇਹਦੇ ਨਾਲ ਕਿਉਂ ਮੈਰਿਜ ਕਰਵਾਈ ਆ? ਹਾਂ ਦੈਟਸ ਰਾਈਟ ਦੈਟਸ ਰਾਈਟ। ਫਿਰ ਤੇ ਜਵਾਬ, ਹਾਂਜੀ ਜਵਾਬ 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 ਵੀ ਦਿੱਤਾ ਤੁਸੀਂ? ਹਾਂਜੀ ਜਵਾਬ ਦਿੱਤਾ ਸੀ। ਨਹੀਂ, ਜਵਾਬ ਕੀ ਸੀ ਤੁਹਾਡਾ? ਬੱਚੀ ਇਹਦੇ ਨਾਲ ਕਿਉਂ ਕਰਾਈ ਆ? ਹਾਂਜੀ ਮੈਂ ਇਹਦੇ ਨਾਲ ਕਰਾਈ, ਮੇਰਾ ਜਿਹੜੇ ਪਿੱਛੋਂ ਬੈਕਗ੍ਰਾਉਂਡ ਸੇਮ ਆ ਤੇ ਐਜੂਕੇਸ਼ਨ ਸਾਡੀ ਸੇਮ ਆ, ਤੇ ਮੈਨੂੰ ਵੀ ਕਿਊਟ ਲੱਗਦੀ ਆ, ਸੋਹਣੀ ਲੱਗਦੀ ਆ, ਤੇ ਬਸ ਦੇਖਣ ਦਾ ਨੇਚਰ ਬਹੁਤ ਸੋਹਣਾ ਇਹਦਾ। ਕਹਿੰਦੀ ਓਕੇ ਠੀਕ ਆ। ਕਹਿੰਦੀ ਓਕੇ ਠੀਕ ਆ। ਤੇ ਉਹਨੇ ਇੱਕ ਕੁਐਸਚਨ ਹੋਰ ਪੁੱਛਿਆ ਸੀ, ਬਸ ਇਹੀ ਸੀ। ਤੇ ਬਾਕੀ ਉਹਨੇ ਮੈਨੂੰ ਬਾਹਰ ਕਰਤਾ, ਤੇ ਬਾਕੀ ਸੰਦੀਪ ਨੂੰ ਪੁੱਛਿਆ ਸੀ। ਸੰਦੀਪ ਨੂੰ ਕਰੋ ਸਰ ਪਲੀਜ਼। ਹਾਂਜੀ। ਇੱਕ ਹੋਰ ਵੀ, ਤੁਸੀਂ ਵੀਕਐਂਡ ਤੇ ਤੇਰੀ ਵਾਈਫ ਕੀ ਕਰਦੇ ਆ? ਅੱਛਾ ਠੀਕ ਹੈ, ਚਲੋ ਠੀਕ। ਹਾਂਜੀ ਸੰਦੀਪ ਦੀ ਕਹਾਣੀ ਸੁਣਦੇ। ਹਾਂਜੀ ਸੁਣ ਲਓ। ਹੈਲੋ ਮੈਡਮ, ਸਤਿ ਸ੍ਰੀ ਅਕਾਲ। ਤੁਹਾਨੂੰ ਬਹੁਤ 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 ਵਧਾਈਆਂ ਹੋਏ, ਤੁਹਾਡਾ ਕੰਮ ਹੋ ਗਿਆ, ਤੁਸੀਂ ਇੰਨੀ ਦੂਰ ਤੁਸੀਂ ਫਲਾਈ ਕਰਕੇ ਆਏ ਹੋ। ਪਹਿਲਾਂ ਆਪਾਂ ਸੋਚ ਰਹੇ ਸੀ ਕਿ ਵੀ ਤੁਹਾਡਾ ਜਿਹੜਾ ਖਰਚਾ ਹੋਏਗਾ ਜਾਓਗੇ, ਫਿਰ ਤੁਸੀਂ ਇੰਟਰਵਿਊ ਲਈ ਪੈਸੇ ਦਿੱਤੇ, ਪੈਸੇ ਸੋਚ ਕੇ ਵੀ ਪੈਸੇ ਜ਼ਿਆਦਾ, ਹੁਣ ਕੰਮ ਹੋ ਗਿਆ। ਕਿੱਦਾਂ ਤੁਹਾਨੂੰ ਤੁਹਾਨੂੰ ਲੱਗਿਆ ਅੰਦਰ ਜਾ ਕੇ, ਮਾਹੌਲ ਕਿੱਦਾਂ ਲੱਗਿਆ ਐਮਬੈਸੀ ਵਿੱਚ ਆ ਕੇ? ਹਾਂਜੀ ਮਾਹੌਲ ਬਹੁਤ ਵਧੀਆ ਸੀਗਾ ਜੀ ਅੰਦਰ। ਅੱਛਾ 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 ਤੁਹਾਡੇ ਤੋਂ ਤੁਹਾਡੇ ਤੋਂ ਕਿਹੜੇ ਸਵਾਲ ਪੁੱਛੇ ਗਏ ਇਹਨਾਂ ਨੇ? ਹਾਂਜੀ ਕਿ ਤਾਂ ਉਹਨੇ ਜਦੋਂ ਮੈਨੂੰ ਬੁਲਾਇਆ ਤਾਂ ਉਹਨਾਂ ਦਾ ਫਸਟ ਕੁਐਸਚਨ ਇਹੀ ਸੀਗਾ, ਕਿਉਂਕਿ ਸਾਡੀ ਏਜ ਗੈਪ ਸੀਗਾ ਤਾਂ ਉਹਦੇ ਰਿਲੇਟਡ ਹੀ ਸਾਡਾ ਫਸਟ ਕੁਐਸਚਨ ਸੀ। ਕਹਿੰਦੇ ਵੀ ਤੂੰ ਲਾਈਕ ਆਪਣੇ ਤੋਂ ਛੋਟੀ ਉਮਰ ਦੇ ਮੁੰਡੇ ਨਾਲ ਵਿਆਹ ਕਿਉਂ ਕਰਾਇਆ? ਤੇ ਹਾਂਜੀ ਉਹਨਾਂ ਦਾ ਫਸਟ ਕੁਐਸਚਨ ਇਹੀ ਸੀਗਾ। ਐਂਡ ਦੈਨ ਸੈਕਿੰਡ ਕੁਐਸਚਨ ਤੇ ਵੀ ਤੁਸੀਂ ਹਨੀਮੂਨ ਤੇ ਕਿਉਂ ਨਹੀਂ ਗਏ ਹੈਗੇ? ਠੀਕ ਹੈ। ਤੇ ਹਾਂਜੀ ਕਹਿੰਦੀ ਲਾਈਕ ਮੈਂ ਕਿਹਾ ਸਾਡੀ ਫੈਮਿਲੀ ਅਲਾਉ ਨਹੀਂ ਕਰਦੀ ਹੈਗੀ, ਤੇ ਉਹ ਕਹਿੰਦੀ ਫੈਮਿਲੀ ਤਾਂ ਓਕੇ ਬਟ ਥੋੜੀ ਕਲਚਰ ਚ ਹੋਰ ਜਾਂਦੇ ਨੇ। ਬਟ ਉਹ ਵਾਲੇ ਹਨੀਮੂਨ ਦੇ ਟੌਪਿਕ ਨੂੰ ਬਹੁਤ ਜ਼ਿਆਦਾ ਲੰਬਾ ਲੈ ਕੇ ਗਈ ਤੇ ਲਾਈਕ ਬਹੁਤ ਉਹਦੇ ਇਹਦੇ ਨਾਲ ਰਿਲੇਟਡ ਮੇਰੇ ਤੋਂ ਕਾਫੀ ਹੋਰ ਕੁਐਸਚਨ ਪੁੱਛਣ ਲੱਗੇ ਇੱਦਾਂ ਦੇ। ਤੇ ਹਾਂਜੀ ਫਿਰ ਉਹਨੇ ਮੈਨੂੰ ਪੁੱਛਿਆ ਵੀ ਤੇਰੇ ਹਸਬੈਂਡ ਨੇ ਕਿਹਾ ਵੀ ਜਿਹੜੀ ਤੇਰਾ ਬ੍ਰਦਰ ਦੀ ਮੈਰਿਜ ਆ ਤੁਹਾਡੀ ਲਾਈਕ ਸੇਮ ਟਾਈਮ ਹੀ ਹੋ ਗਈ ਸੀਗੀ। ਮੈਂ ਉਹ ਕਹਿੰਦੀ ਵੀ ਰਾਈਟ ਆ? ਮੈਂ ਕਿਹਾ ਹਾਂ ਵੀ ਇਹ ਵੀ ਕਰੈਕਟ ਆ। ਕਹਿੰਦੀ ਵੀ ਤੁਹਾਡਾ ਵੀ ਵਿਆਹ ਦੋਹਾਂ ਦਾ ਇਕੱਠਿਆਂ ਕਿਉਂ ਕਰਤਾ? ਵੀ ਤੂੰ ਲਾਈਕ ਐਵੇਂ ਕਾਹਤੋਂ ਕੀਤਾ ਉਹਨਾਂ ਨੇ ਲਾਈਕ ਇਕੱਠਿਆਂ ਦਾ ਵਿਆਹ? ਮੈਂ ਕਿਹਾ ਵਿਨੀ ਸਾਡਾ ਉੱਥੇ ਬਿਜ਼ਨਸ ਆ, ਲਾਈਕ ਟਰੱਕ ਵਗੈਰਾ ਚਲਾਉਂਦੇ ਆ, ਅਮੈਰੀਕਾ ਜਾਂਦੇ ਨੇ, ਤਾਂ ਕਰਕੇ ਸਾਡਾ ਉੱਥੇ ਅਸੀਂ ਬਿਜ਼ੀ ਲਾਈਫ ਆ, ਅਸੀਂ ਬਾਰ ਬਾਰ ਨਹੀਂ ਆ ਸਕਦੇ ਸੀਗੇ, ਤੇ ਨਾਲੇ ਅਸੀਂ ਦੋਹਾਂ ਸਾਡੀ ਸੇਮ ਏਜ ਸੀਗੇ, ਲਾਈਕ ਅਸੀਂ ਵਿਆਹ ਦੀ ਏਬਲ ਹੋ ਗਏ ਸੀਗੇ। ਕਹਿੰਦੀ ਓਕੇ
ਐਂਡ ਦੈਨ ਹਾਂਜੀ ਤੇ ਫਿਰ ਉਹਨੇ ਪੁੱਛਿਆ ਵੀ ਤੁਸੀਂ ਵੀ ਤੂੰ ਵੀਕਐਂਡ ਤੇ ਕੀ ਕਰਦੀ ਆ ਜੀ ਤੇ ਫਿਰ ਮੈਂ ਹਾਂਜੀ ਉਹਨੂੰ ਦੱਸਤਾ ਲਾਈਕ ਮੈਂ ਉੱਠ ਕੇ ਆਪਣੇ ਹਸਬੈਂਡ ਨਾਲ ਗੱਲ ਵਗੈਰਾ ਕਰਦੀ ਹਾਂ ਸਾਰਾ ਕੁਛ ਉਹਨੇ ਲਾਈਕ ਉਹ ਪੁੱਛਣਾ ਚਾਹੁੰਦੀ ਸੀ ਵੀ ਜੋ ਵੀ ਲਾਈਕ ਇਹਦਾ ਹਸਬੈਂਡ ਪੁੱਛ ਰਿਹਾ ਲਾਈਕ ਮੇਰੀਆਂ ਗੱਲਾਂ ਉਹਦੇ ਨਾਲ ਮੈਚ ਕਰਦੇ ਨੇ ਕਿ ਨਹੀਂ ਮੈਚ ਕਰਦੇ ਕਿ ਨਹੀਂ ਹਾਂਜੀ ਹਾਂਜੀ ਉਹਦਾ ਪਰਪਸ ਦੈਨ ਉਹਨੇ ਪੁੱਛਿਆ ਵੀ ਤੇਰੀ ਫਰੈਂਡ ਦਾ ਨਾਮ ਕਿ ਜਿਹੜੀ ਕਿ ਕੈਨੇਡਾ ਦੇ ਵਿੱਚ ਆ ਤੇ ਮੈਂ ਦੱਸਿਆ ਤੇ ਉਹ ਕਹਿੰਦੀ ਫਿਰ ਵੀ ਜਿਹੜੀ ਤੇਰੀ ਫਰੈਂਡ ਆ ਉਹ ਤੇਰੇ ਹਸਬੈਂਡ ਨੂੰ ਮਿਲੀ ਆ ਕਦੇ ਜਾਣਦੀ ਆ ਮੈਂ ਕਿ ਉਹਨੂੰ ਮਿਲੀ ਨਹੀਂ ਹੈਗੀ ਬਟ ਮੈਂ ਉਹਨੇ ਮੇਰੀਆਂ ਪਿਕਚਰਸ ਦੇਖੀਆਂ ਨੇ ਫੋਨ ਦੇ ਵਿੱਚ ਕਹਿੰਦੇ ਓਕੇ ਠੀਕ ਆ ਫਿਰ ਉਹਨੇ ਪੁੱਛਿਆ ਵੀ ਜਿਹੜਾ ਤੈਨੂੰ ਪ੍ਰਪੋਜ਼ਲ ਆਇਆ ਸੀਗਾ ਵੀ ਇਹ ਤੋਂ ਪਹਿਲਾਂ ਤੈਨੂੰ ਹੋਰ ਵੀ ਪ੍ਰਪੋਜ਼ਲ ਆਇਆ ਸੀ ਵਿਆਹ ਲਈ ਮੈਂ ਕਿਹਾ ਹਾਂ ਆਏ ਤੇ ਉਹ ਕਹਿੰਦੇ ਵੀ ਕਿੱਥੋਂ ਕੈਨੇਡਾ ਚੋਂ ਸੀ ਜਾਂ ਫਿਰ ਇੰਡੀਆ ਚੋਂ ਆਏ ਸੀ ਮੈਂ ਕਿਹਾ ਉਹ ਇੰਡੀਆ ਦੇ ਵਿੱਚੋਂ ਆਏ ਸੀ ਕਹਿੰਦੇ ਤੁਹਾਨੂੰ ਯਾਦ ਹੈ ਤੁਹਾਨੂੰ ਯਾਦ ਹੈ ਇਸ ਕੁਐਸਚਨ ਦੇ ਬਾਰੇ ਵੀ ਆਪਾਂ ਡਿਸਕਸ਼ਨ ਕਈ ਵਾਰ ਕੀਤਾ ਕੀਤੀ ਹਾਂਜੀ ਹਾਂਜੀ ਸਰ ਹਾਂਜੀ ਜੀ ਠੀਕ ਹੈ ਹਾਂਜੀ ਦੈਨ ਉਹਨੇ ਕਿਹਾ ਵੀ ਉਹ ਕਹਿੰਦੇ ਉਹਨੇ ਹਾਂਜੀ ਜਦੋਂ ਉਹਨੇ ਹਨੀਮੂਨ ਦਾ ਕੁਐਸਚਨ ਪੁੱਛ ਰਹੀ ਸੀ ਉਹਨੇ ਪੁੱਛਿਆ ਉਹਨੇ ਇਹ ਪੁੱਛਿਆ ਸੀਗਾ ਵੀ ਚਲੋ ਠੀਕ ਆ ਤੁਸੀਂ ਹਨੀਮੂਨ ਤਾਂ ਨਹੀਂ ਗਏ ਪਰ ਜੇ ਤੁਸੀਂ ਸੇਮ ਰੂਮ ਸ਼ੇਅਰ ਕਰਦੇ ਹੋ ਮੈਂ ਕਿਹਾ ਅਸੀਂ ਲਾਈਕ ਇੱਕੋ ਰੂਮ ਸ਼ੇਅਰ ਕਰਦੇ ਹਾਂ ਓਕੇ ਹਾਂਜੀ ਹੋਰ ਉਹਨੇ ਕਿਹਾ ਵੀ ਲਾਈਕ ਜਿਹੜਾ ਤੁਹਾਡਾ ਰਿਲੇਸ਼ਨਸ਼ਿਪ ਆ ਦੋਹਾਂ ਦਾ ਤੁਹਾਡੇ ਕੋਈ ਫਰੈਂਡਸ ਫੈਮਿਲੀ ਮੈਂਬਰਸ ਹੋਰ ਉਹਨੂੰ ਸਭ ਜਾਣਦੇ ਨੇ ਮੈਂ ਕਿਹਾ ਹਾਂਜੀ ਜਾਣਦੇ ਉਹ ਕਹਿੰਦੇ ਤੁਸੀਂ ਪੋਸਟ ਕੀਤੀ ਆਪਣੀ ਪਿਕਚਰ ਸੋਸ਼ਲ ਮੀਡੀਆ 'ਤੇ ਮੈਂ ਕਿਹਾ ਯੈਸ ਉਹ ਕਹਿੰਦੇ ਤੁਸੀਂ ਮੈਨੂੰ ਸ਼ੋਅ ਕਰ ਸਕਦੇ ਹੋ ਪ੍ਰੂਫ ਦੈਨ ਮੈਂ ਉਹਨਾਂ ਨੂੰ ਆਪਣੇ ਇੰਸਟਾ ਦੀਆਂ ਫੋਟੋਆਂ ਸ਼ੋਅ ਕਰਤੀਆਂ ਕਹਿੰਦੇ ਹੋਟਲ 'ਚ ਮੈਂ ਇਹਨਾਂ ਨੂੰ ਪੁੱਛਿਆ ਸੀ ਹਸਬੈਂਡ ਨੂੰ ਕਿ ਵੀ ਤੁਸੀਂ ਇਹ ਸਾਰੇ ਆਪਣੇ ਡਿਕਲੇਅਰ ਕਰਤਾ ਹੈ ਕਿ ਨਹੀਂ ਜਿਹੜੇ ਹਸਬੈਂਡ ਨੇ ਆਪਣੇ ਦੋਸਤਾਂ ਨੂੰ ਦੱਸਿਆ ਯਾਦ ਹੈ ਤੁਹਾਨੂੰ ਆਪਾਂ ਇਸ ਬਾਰੇ ਵੀ ਕੁਐਸਚਨ ਡਿਸਕਸ ਕੀਤਾ ਸੀ ਕਿ ਵੀ ਤੁਸੀਂ ਸਾਰੀ ਸਾਰੀ ਦੁਨੀਆ ਨੂੰ ਪਬਲਿਕਲੀ ਡਿਕਲੇਅਰ ਕੀਤਾ ਕਿ ਤੁਹਾਡਾ ਰਿਸ਼ਤਾ ਹੋ ਗਿਆ ਹਾਂਜੀ ਸਰ ਬਿਲਕੁਲ ਹਾਂਜੀ ਹਾਂ ਠੀਕ ਹੈ ਹੋਰ ਉਸ ਤੋਂ ਅਗਲਾ ਕੁਐਸਚਨ ਹਾਂਜੀ ਤਾਂ ਉਹਨੇ ਪੁੱਛਿਆ ਵੀ ਤੂੰ ਹੁਣ ਰਾਈਟ ਨਾਓ ਕਿੱਥੇ ਰਹਿ ਰਹੀ ਹੈ ਮੈਂ ਦੱਸਦਾ ਵੀ ਆਪਣੇ ਹਸਬੈਂਡ ਨਾਲ ਆਪਣੇ ਹਸਬੈਂਡ ਦੀ ਫੈਮਿਲੀ ਦੇ ਨਾਲ ਅਸੀਂ ਰਹਿ ਰਹੇ ਹਾਂ ਉਹ ਕਹਿੰਦੀ ਓਕੇ ਹਾਂਜੀ ਦੈਨ ਬਸ ਹਾਂਜੀ ਮੈਨੂੰ ਤਾਂ ਜਸਟ ਲਾਈਕ 5 ਔਰ 7 ਮਿੰਟ ਦੇ ਅਰਾਊਂਡ ਕੁਐਸਚਨ ਪੁੱਛਿਆ ਦੈਨ ਉਹਨਾਂ ਨੇ ਮੇਰੇ ਹਸਬੈਂਡ ਨੂੰ ਬੁਲਾ ਲਿਆ ਜੀ ਬਸ ਮੇਰੇ ਨਾਲ ਆਈ ਕੁਐਸਚਨ ਦੀ ਵੀਡੀਓ ਪੁੱਛੀ ਮੈਂ ਜੀ ਦੋ ਗੱਲਾਂ ਇੱਥੇ ਤੁਸੀਂ ਆਬਜ਼ਰਵ ਕਰੋ ਹਾਂਜੀ ਤੁਸੀਂ ਆਬਜ਼ਰਵ ਕਰੋ ਫੀਲ ਕਰੋਗੇ ਕਿ ਮੇਰੇ ਖਿਆਲ ਹੈ ਕਿ ਅਗਰ ਤੁਸੀਂ ਆਪ ਉੱਥੇ ਫਲਾਈ ਕਰਕੇ ਆਪਣੇ ਹਸਬੈਂਡ ਦਾ ਸਪੋਰਟ ਕਰਨ ਲਈ ਨਹੀਂ ਪਹੁੰਚਦੇ ਤੇ ਗੱਲ ਕੁਝ ਹੋਰ ਹੋਣੀ ਸੀ ਹੋਰ ਹੋਣੀ ਤੇ ਬਿਲਕੁਲ ਰਾਈਟ ਸਰ ਦੈਟਸ ਰਾਈਟ ਨੰਬਰ 1 ਨੰਬਰ 2 ਦੇਖੋ ਮੇਰੇ ਖਿਆਲ ਹੈ ਕਿ ਆਪਾਂ ਪਿਛਲੇ 2-3 ਹਫ਼ਤੇ ਤੋਂ ਕੁਝ ਪ੍ਰੈਕਟਿਸ ਕਰ ਰਹੇ ਸੀ ਕਾਫੀ ਕੁਐਸਚਨਸ ਆਪਾਂ ਪ੍ਰੈਕਟਿਸ ਵੀ ਕੀਤੇ ਜਿਹੜੇ ਇੰਟਰਵਿਊ ਥੋੜਾ ਜਿਹਾ ਉਹ ਫੇਸ ਟੂ ਫੇਸ ਵੀ ਸਕਾਈਪ ਤੇ ਵੀ ਰਿਕਾਰਡ ਕੀਤਾ ਫਿਰ ਉੱਥੋਂ ਵੀ ਕੈਨੇਡਾ ਤੋਂ ਵੀ ਉਹਨਾਂ ਨੇ ਕਰਾਇਆ ਤੇ ਸਾਰੇ ਜਿਹੜੇ ਕੁਐਸਚਨਸ ਹੈ ਮੈਨੂੰ ਲੱਗਦਾ ਕਿ ਕੋਈ ਕੁਐਸਚਨ ਨਹੀਂ ਹੈ ਜਿਹੜੇ ਆਪਾਂ ਡਿਸਕਸ ਨਹੀਂ ਕੀਤਾ ਜਾਂ ਟੱਚ ਨਹੀਂ ਕੀਤਾ ਹਾਂਜੀ ਸਰ ਬਿਲਕੁਲ ਕੁਐਸਚਨਸ ਦਾ ਕੁਝ ਫਾਇਦਾ ਹੋਇਆ ਕਿ ਲੱਗਿਆ ਕੁਝ ਕਿ ਫਾਇਦਾ ਹੋਇਆ ਮੇਰੇ ਕੋਲ ਪਰਫਾਰਮੈਂਸ ਜਿਹੜਾ ਇਹਨਾਂ ਦੀ ਹਸਬੈਂਡ ਦੀ ਜਿਹੜੀ ਗੱਲਬਾਤ ਕਰਨ ਦਾ ਜਾਂ ਡਿਲੀਵਰੀ ਜਾਂ ਕੁਝ ਪਰਫਾਰਮੈਂਸ ਫਾਇਦਾ ਹੋਇਆ ਥੋੜਾ ਬਹੁਤ ਕਿ ਨਹੀਂ ਹਾਂਜੀ ਮੈਂ ਤੁਹਾਨੂੰ ਗੱਲ ਦੱਸਦੀ ਹਾਂਜੀ ਲਾਈਕ ਮੈਨੂੰ ਜਦ ਤੁਹਾਡੇ ਨਾਲ ਗੱਲ ਕਰ ਰਹੇ ਤੇ ਮੈਨੂੰ ਲੱਗਦਾ ਸੀ ਵੀ ਲਾਈਕ ਮੇ ਬੀ ਉੱਥੇ ਘਬਰਾ ਜਾਣਗੇ ਰਾਈਟ ਕਿਉਂਕਿ ਇਹਨੇ ਕਾਫੀ ਗਲਤ ਹੀ ਕਰਤੇ ਜਦੋਂ ਰਿਕਾਰਡ ਕਰ ਰਿਹਾ ਸੀਗਾ ਬਟ ਅੰਦਰ ਜਾ ਕੇ ਲਾਈਕ ਹੀ ਵਾਸ ਫੁੱਲੀ ਕੰਫੀਡੈਂਟ ਆਈ ਡੋਨਟ ਨੋ ਵਾਟਸ ਦੀ ਰੀਜ਼ਨ ਬਟ ਹੀ ਵਾਸ ਫੁੱਲੀ ਕੰਫੀਡੈਂਟ ਜੋ ਵੀ ਕੁਛ ਇਹਨੇ ਦੱਸਿਆ ਦੈਟ ਵਾਸ ਲਾਈਕ ਹਾਂਜੀ ਇਹਨਾਂ ਦੇ ਦਿਮਾਗ 'ਚ ਆ ਗਿਆ ਸੀ ਵੀ ਅੱਜ ਆਰ ਪਾਰ ਦੀ ਲੜਾਈ ਹੋਣੀ ਹੈ ਅੱਜ ਹਾਂਜੀ ਹਾਂਜੀ ਤੇ ਬਾਕੀ ਦੂਜੀ ਗੱਲ ਇਹ ਸੀ ਕਿ ਗੋਰੀ ਨੂੰ ਦੇਖ ਕੇ ਲਾਈਕ ਥੋੜਾ ਹੋ ਗਿਆ ਸੀਗਾ ਰਿਲੀਫ ਵੀ ਓਕੇ ਚਲੋ ਗੋਰੀ ਆ ਵੀ ਲਾਈਕ ਕੋਈ ਇੰਡੀਅਨ ਲਾਈਕ ਸਾਊਥ ਨਹੀਂ ਹੈਗਾ ਲਾਈਕ ਜੋ ਵੀ ਹਾਂਜੀ ਦੈਟ ਇਜ਼ ਰਾਈਟ ਤੀਸਰੀ ਬਹੁਤ ਹੀ ਇਹ ਅਹਿਮ ਜਿਹੜੀ ਇਹਦੇ ਵਿੱਚ ਡਿਵੈਲਪਮੈਂਟ ਹੈ ਕਿ ਅਗਰ ਜੇ ਕੋਈ ਪੰਜਾਬੀ ਕੋਈ ਬਿਲਕੁਲ ਹੁੰਦਾ ਇੰਡੀਅਨ ਹੁੰਦਾ ਤੇ ਮੇਰੇ ਖਿਆਲ ਹੈ ਕਿ ਉਹਨਾਂ ਦੇ ਸਵਾਲ ਜਵਾਬ ਕੁਝ ਹੋਰ ਤਰੀਕੇ ਨਾਲ ਹੋਣੇ ਸੀ ਉਹਨਾਂ ਨੇ ਕਈ ਗੱਲਾਂ ਨੂੰ ਯਕੀਨ ਨਹੀਂ ਕਰਨਾ ਸੀ ਕਿ ਵੀ ਤੁਸੀਂ ਜਿਸ ਤਰ੍ਹਾਂ ਤੁਸੀਂ ਹਨੀਮੂਨ ਕਿਉਂ ਨਹੀਂ ਗਏ ਜੀ ਫਿਰ 2.5 ਸਾਲ ਤੁਸੀਂ ਕਿਉਂ ਵੇਟ ਕਰ ਲਿਆ ਜੀ ਫਿਰ ਨਾਲ ਬ੍ਰਦਰ ਦੀ ਮੈਰਿਜ ਕਿਉਂ ਇਕੱਠੀ ਹੋ ਗਈ ਬਹੁਤ ਸਾਰੇ ਪਹਿਲੂ ਆ ਜਿਹਦੇ ਕਈ ਇੰਟਰਪ੍ਰੀਟੇਸ਼ਨ ਨਿਕਲ ਸਕਦੇ ਸੀ ਲੇਕਿਨ ਇਹ ਤੇ ਤੁਹਾਡੀ ਚਲੋ ਕਿਸਮਤ ਵੀ ਅੱਛੀ ਹੈ ਕਿ ਵੀ ਗੋਰੇ ਮਿਲ ਗਏ ਉਹਦੇ ਨਾਲ ਗੋਰੇ ਗੋਰੀ ਮਿਲ ਗਈ ਐਕਚੁਅਲੀ ਉਹ ਦੈਟ ਇਜ਼ ਅਨ ਅਨਦਰ ਹਾਂਜੀ ਰਾਈਟ ਸਰ ਕਿਉਂਕਿ ਇਹ ਜਿਹੜੇ ਸੋਚਦੇ ਆ ਕਰਦੇ ਆ ਬਹੁਤ ਸਿੰਪੈਥੈਟਿਕਲੀ ਸੋਚਦੇ ਆ ਹਾਂਜੀ ਤੇ ਦੂਜੀ ਹਾਂਜੀ ਤੇ ਜੇ ਸਾਡੇ ਨਾਲ ਦੇ ਰੂਮ 'ਚ ਇੰਟਰਵਿਊ ਚੱਲ ਰਹੀਆਂ ਸੀਗੀਆਂ ਜਦੋਂ ਅਸੀਂ ਲਾਈਕ ਬਾਹਰ ਬੈਠੇ ਸੀਗੇ ਤਾਂ ਸਾਡੇ ਨਾਲ ਇੱਕ ਹੋਰ ਫੈਮਿਲੀ ਸੀਗੀ PR ਸੇਮ ਕੇਸ ਤਾਂ ਉਹਨਾਂ ਨੂੰ ਜਿਹੜੋ ਜੋ ਉਹਨਾਂ ਦਾ ਵੀਜ਼ਾ ਆਫੀਸਰ ਸੀ ਜੋ ਉਹ ਆਪਣਾ ਇੰਡੀਅਨ ਸੀਗਾ ਕਹਿੰਦਾ ਜਦੋਂ ਬਾਹਰ ਆ ਕੇ ਉਹ ਮੇਰੇ ਕੋਲ ਲਾਈਕ ਮੈਂ ਜਦੋਂ ਮੇਰਾ ਹਸਬੈਂਡ ਅੰਦਰ ਸੀ ਮੈਂ ਬਾਹਰ ਬੈਠੀ ਸੀ ਉਹ ਇੰਟਰਵਿਊ ਦੇ ਕੇ ਮੇਰੇ ਕੋਲ ਬਾਹਰ ਆ ਕੇ ਬੈਠ ਗਏ ਉਹਨੇ ਮੈਨੂੰ ਦੱਸਿਆ ਵੀ ਮੈਨੂੰ ਉਹਨੇ ਇੰਨਾ ਕਨਫਿਊਜ਼ ਕੀਤਾ ਇੰਨੇ ਕੁਐਸਚਨ ਪੁੱਛੇ ਨੇ ਹਾਫ ਐਨ ਆਵਰ 'ਚ ਉਹਨੇ ਮੈਨੂੰ ਅਰਾਊਂਡ 200 ਕੁਐਸਚਨ ਪੁੱਛ ਲਏ ਕਹਿੰਦਾ ਮੈਨੂੰ ਲਾਈਕ ਫੁੱਲੀ ਕਨਫਿਊਜ਼ ਕਰਤਾ ਉਹ ਮੈਨੂੰ ਦੱਸਿਆ ਕਿ ਦੇ ਲਓ ਜੀ ਸੰਦੀਪ ਗੱਲ ਐਕਚੁਅਲੀ ਇਹ ਹੈ ਕਿ ਆਪਾਂ ਬਹੁਤ ਬਹੁਤ ਚਿਰਾਂ ਤੋਂ ਇਹ ਕੰਮ ਕਰ ਰਹੇ ਹਾਂ ਮੈਂ ਤੁਹਾਨੂੰ ਇੱਕ ਦੱਸਦਾ ਬਾਕੀ ਤੁਸੀਂ ਵੀ ਫੀਲ ਕਰੋਗੇ ਬਿਲਕੁਲ ਹਾਂਜੀ ਜ਼ਿੰਦਗੀ 'ਚ ਜਿੰਨੀ ਮਿਹਨਤ ਕਰ ਲਓ
ਜੋ ਤਿਆਰੀ ਕਰ ਲਓ, ਜੋ ਕੁਛ ਕਰਨਾ ਕਰ ਲਓ, ਲੇਕਿਨ ਅੰਤ ਵਿੱਚ ਜਿਹੜਾ ਹੈ ਨਾ, ਜੇ ਤੁਹਾਡਾ ਦਾਣਾ ਪਾਣੀ ਹੈ ਤੇ ਤੁਹਾਨੂੰ ਵਧੀਆ ਅਫਸਰ, ਪੂਰੀ ਅਫਸਰ ਤੁਹਾਨੂੰ ਤੁਹਾਡੇ ਸਾਹਮਣੇ ਆ ਗਈ। ਬਿਲਕੁਲ ਸਰ, ਹਾਂਜੀ। ਨਹੀਂ ਤੇ ਕਈ ਵਾਰ ਤੁਸੀਂ ਦੇਖਦੇ ਹੋ ਯੂਟਿਊਬ ਤੇ ਔਰ ਹੋਰ ਬਾਕੀ ਲੋਕਾਂ ਨੇ ਕਿਹਾ ਕਿ ਕੋਈ ਸਾਊਥ ਇੰਡੀਅਨ ਅਫਸਰ ਹੈ ਜੀ, ਉਹ ਨਹੀਂ ਦਿੰਦੀ ਛੇਤੀ ਕਿਸੇ ਨੂੰ ਵੀਜ਼ਾ ਜਾਂ ਕੋਈ ਹੋਰ ਕੋਈ ਟਰਬਲ ਕਰਦੀ ਹੈ ਸਮਥਿੰਗ। ਤੋਂ ਦਾਣਾ ਪਾਣੀ ਦਾ ਖੇਡ ਅਗਰ ਬਣ ਜਾਏ ਨਾ, ਸਾਰੇ ਸਾਰੇ ਲਾਈਨ ਤੇ ਲਾਈਨ ਇੱਕ ਸਿਤਾਰੇ ਇੱਕ ਸੰਯੋਗ ਚ ਮਿਲ ਜਾਂਦੇ ਆ ਸਾਰੇ। ਬਿਲਕੁਲ, ਹਾਂਜੀ ਸਰ, ਬਿਲਕੁਲ। ਚਲੋ, ਐਨੀਵੇ ਥੈਂਕ ਯੂ ਵੈਰੀ ਮੱਚ ਫਾਰ ਯੋਰ ਕੋਆਪਰੇਸ਼ਨ। ਔਰ ਮੈਂ ਗੱਲ ਕੋਈ ਪੁੱਛਣੀ ਸੀ ਕਿ ਤੁਸੀਂ $1,000 ਦਿੱਤੇ ਪ੍ਰੈਕਟਿਸ ਕਰਨੀ, ਉਸ ਬਾਰੇ ਤੁਸੀਂ ਕੀ ਸੋਚਦੇ ਹੋ ਹੁਣ ਤੇ ਪਹਿਲਾਂ ਕੀ ਸੋਚਦੇ ਸੀ? ਪਹਿਲਾਂ ਸਰ, ਹਾਂਜੀ, ਜਿਹੜੀ ਗੱਲ ਜੋ ਅਸੀਂ $1,000 ਦਿੱਤਾ ਉਹ ਅਸੀਂ ਲਾਈਕ ਸਾਡੇ ਦਿਮਾਗ 'ਚ ਇੱਕ ਡਰ ਸੀਗਾ ਵੀ ਅੱਜ ਅਸੀਂ $1,000 ਕਿਤੇ ਬਚਾਉਂਦੇ ਰਹਿ ਜਾਈਏ ਤੇ ਕੱਲ੍ਹ ਸਾਨੂੰ ਕਿਤੇ $5,000 ਭਰਨੇ ਨਾ ਪੈ ਜਾਣ ਜੀ। ਤੇ ਲਾਈਕ ਹਾਂਜੀ, ਤੇ ਦੈਟਸ ਵਾਈ ਇਸ ਕਹਿੰਦੀ ਕਿ ਸਾਨੂੰ ਕੋਈ ਐਕਸਪੀਰੀਅੰਸ ਪਰਸਨ ਮਿਲੇ ਜੋ ਸਾਨੂੰ ਹੋਰ ਵੀ ਗੱਲਾਂ ਸਾਡਾ ਡੀਪਲੀ ਸ਼ੇਅਰ ਕਰ ਸਕੇ, ਵੀ ਸਾਨੂੰ ਆਹ ਪੁੱਛ ਸਕਦੇ, ਸਾਨੂੰ ਹੋਰ ਵੀ ਸਾਡੀ ਨੌਲੇਜ ਲਾਈਕ ਸਾਡੀ ਵਧੇ। ਹਾਂਜੀ ਜੀ, ਤੇ ਕੋਈ ਕੋਈ ਫਾਇਦਾ ਹੋਇਆ $1,000 ਦਾ ਫਾਇਦਾ? ਬਿਲਕੁਲ, ਹਾਂਜੀ ਹਾਂਜੀ, ਬਿਲਕੁਲ, ਸਾਡੇ $1,000 ਦਾ ਮੁੱਲ ਪੈ ਗਿਆ ਜੀ। ਦੂਸਰੀ ਗੱਲ ਦੇਖੋ ਦੇਖੋ, ਮੈਂ ਕਿਸੇ ਦਾ ਨਾਮ ਨਹੀਂ ਲੈਂਦਾ, ਜਿਹੜੇ ਤੁਹਾਡੇ ਜਿਹੜੇ ਵਕੀਲਾਂ ਨੇ ਜਿਹੜੀ ਫਾਈਲ ਲਾਈ ਸੀ, ਹਾਂਜੀ ਸਰ, ਉਹਨਾਂ ਨੇ ਤੇ ਕਹਿਤਾ ਕਿ ਵੀ ਤੁਹਾਡੀ ਫਾਈਲ ਲੱਗੇ ਜੀ, ਇਹ ਰੈਗੂਲਰ ਇੰਟਰਵਿਊ ਹੈ ਜੀ, ਚਲੇ ਜਾਓ, ਜੋ ਹੋਗਾ ਹੋਏਗਾ, ਆਪਣੇ ਆਪ ਹੋਏਗਾ, ਰਾਈਟ? ਉਹਨਾਂ ਨੇ ਕੋਈ ਤਿਆਰੀ ਕਰਾਈ? ਨੋ ਸਰ, ਨਥਿੰਗ, ਕੁਛ ਨਹੀਂ ਕਰਵਾਇਆ ਉਹਨਾਂ ਨੇ ਜੀ। ਪਰ ਲੇਕਿਨ ਅਗਰ ਤਿਆਰੀ ਨਹੀਂ ਕਰਦੇ ਤੇ ਅੱਜ ਕੱਲ ਕੁਛ ਹੋਰ ਹੋ ਸਕਦੀ ਸੀ ਸ਼ਾਇਦ? ਹਾਂਜੀ ਬਿਲਕੁਲ ਸਰ, ਬਿਲਕੁਲ ਜੀ। ਅੱਜ ਅਗਰ ਤਿਆਰੀ ਨਹੀਂ ਕਰਦੇ ਤੇ ਅੱਜ ਕੁਛ ਹੋਰ ਕੋਈ ਮਾਹੌਲ ਹੋਣਾ ਸੀ ਤੁਹਾਡੇ ਘਰ? ਹਾਂਜੀ ਹਾਂਜੀ, ਹੋ ਸਕਦਾ। ਫਿਰ ਜਾ ਕੇ ਵਕੀਲਾਂ ਨੇ ਕਹਿਣਾ ਜੀ ਅਪੀਲ ਕਰ ਲਓ, ਜੀ ਅਪੀਲ ਤੇ $5,000 ਨਹੀਂ $10,000 ਦਾ ਬਿੱਲ ਬਣਦਾ। ਹਾਂਜੀ, ਉਹੀ ਗੱਲ ਹੈ, ਤਾਂ ਹੀ ਡਰਦੇ ਮਾਰਨੇ ਅਸੀਂ ਲਾਈਕ ਦੇਖ ਆਪ ਵੀ ਅਸੀਂ ਖੁਦ ਕਰੀਏ ਲਾਈਕ, ਜੇ ਕੁਛ ਹੋਰ ਨਹੀਂ ਆਪਣੇ ਆਪ ਹੀ ਬੰਦੇ ਨੂੰ ਕਰਨੀ ਚਾਹੀਦੀ ਐਫਰਟਸ। ਹਾਂਜੀ ਜੀ, ਉਹ ਮੈਂ ਐਕਚੁਅਲੀ ਕਈ ਵਾਰ, ਮੇਰੇ ਕੋਲ ਨਾ ਇਨਕੁਆਇਰੀ ਕਰਦੇ ਆ ਲੋਕ, ਮੈਂ ਕੱਲ ਪਰਸੋਂ ਵੀ ਕਾਲ ਕਰ ਰਹੇ ਸੀ ਉਹਨਾਂ ਦਾ ਇੰਟਰਵਿਊ, ਮੈਂ ਉਹਨਾਂ ਨੂੰ ਕਿਹਾ ਕਿ ਵੀ ਤੁਹਾਡੀ ਤਿਆਰੀ ਮੈਂ ਕਰਾ ਦਿਆਂਗਾ। ਦੇਖੋ ਤੁਸੀਂ ਹਰੇਕ ਬੰਦਾ ਜਿਹੜਾ ਨਾ, ਤੁਸੀਂ ਵੀ ਸਪਾਂਸਰ ਕੀਤਾ ਹੈ, ਵੀ ਤੁਸੀਂ ਵੀ $2,000-3,000 ਚਾਰ ਜੋ ਵੀ ਕੁਝ ਪੈਸਾ ਖਰਚਾ ਆਇਆ, ਲੇਕਿਨ ਜਿਸ ਪੁਆਇੰਟ ਆਫ ਵਿਊ ਤੋਂ ਵੀਜ਼ਾ ਆਉਣਾ ਹੈ, ਉਹ ਇੱਕ ਪ੍ਰੈਕਟਿਸ ਇੰਟਰਵਿਊ ਕਰਨਾ ਹੈ, ਉਹ ਤੇ ਆਪਾਂ ਸੋਚਦੇ ਹਾਂ ਕਿ ਵੀ ਉੱਥੇ ਪੈਸੇ ਬਚ ਜਾਣਗੇ ਤੇ ਬਚਾ ਲਈਏ ਕਿ ਵੀ ਉਹ ਸ਼ਾਇਦ ਲੱਗੀ ਜਾਏ। ਪਰ ਮੈਂ ਸਮਝਦਾ ਕਿ ਐਕਚੁਅਲੀ ਕਿ ਜਦ ਤੱਕ ਇੰਟਰਵਿਊ ਕੁਐਸਚਨਸ ਪਤਾ ਨਾ ਹੋ ਔਰ ਉਹਦਾ ਆਨਸਰ ਤੁਸੀਂ ਪ੍ਰੈਕਟਿਸ ਨਾ ਕਰੋ, ਮੇਰੇ ਖਿਆਲ ਹੈ ਕਿ ਇਸ ਵੇਸਟ ਆਫ ਟਾਈਮ ਹੈ ਵਿਦਆਊਟ ਪ੍ਰੈਕਟਿਸ ਇੰਟਰਵਿਊ ਜਾਣਾ। ਹਾਂਜੀ ਸਰ, ਬਿਲਕੁਲ। ਮਤਲਬ ਇਹ ਤੇ ਤੁਹਾਡਾ ਤੇ ਪੀਆਰ ਕੇਸ ਹੈ ਨਾ, ਪੀਆਰ ਤੁਸੀਂ ਹਸਬੈਂਡ ਨੂੰ, ਜਿਹੜੇ ਰੈਗੂਲਰ ਕੇਸ ਹੈ, ਜਿਹੜੇ ਸਟੂਡੈਂਟ ਦੇ ਹਸਬੈਂਡ ਜਾ ਰਹੇ ਹੈ, ਉੱਥੇ ਵੀ ਮੈਂ ਐਕਚੁਅਲੀ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਪ੍ਰੈਕਟਿਸ ਕਰਕੇ ਜਾਓ ਕਿ ਵੀ ਕੀ ਕਹਿਣਾ ਨਹੀਂ ਕਹਿਣਾ, ਤੇ ਜ਼ਰੂਰ ਫਾਇਦਾ ਹੋਵੇਗਾ, ਬਾਕੀ ਹਰੇਕ ਦੀ ਮਰਜ਼ੀ ਹੈ। ਸੋ ਆਈ ਅਪਰੀਸ਼ੀਏਟ ਯੋਰ ਟਾਈਮ ਐਂਡ ਆਈ ਕੰਗ੍ਰੈਚੁਲੇਟ ਯੂ ਬੋਥ ਆਫ ਯੂ। ਤੁਸੀਂ ਮਿਹਨਤ ਵੀ ਕੀਤੀ ਹੈ, ਤੁਸੀਂ ਤਿਆਰੀਆਂ ਵੀ ਕੀਤੀਆਂ ਤੇ ਨਾਲ ਤੁਸੀਂ ਆਏ ਵੀ ਹੋ। ਕਈ ਵਾਰ ਐਕਚੁਅਲੀ ਮੈਂ ਲੋਕਾਂ ਨੂੰ ਕਹਿੰਦਾ ਕਿ ਵੀ ਤੁਸੀਂ ਵਾਈਫ ਨੂੰ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਕਿ ਵੀ ਤੁਸੀਂ ਇੰਡੀਆ ਆ ਜਾਓ, ਕਹਿੰਦੇ ਨਹੀਂ ਮੇਰੇ ਕੋਲ ਟਾਈਮ ਹੀ ਨਹੀਂ ਜੀ, ਪੈਸਾ ਮੇਰੇ ਕੋਲ ਟਿਕਟ ਤੇ ਪੈਸੇ ਨਹੀਂ, ਮੈਂ ਕੀ ਕਰਾਂਗੇ ਆ ਕੇ। ਹਾਂਜੀ ਸਰ, ਇਹ ਛੋਟੀ ਛੋਟੀ ਗੱਲਾਂ ਐਡ ਕਰਦੀਆਂ ਤੇ ਅਲਟੀਮੇਟਲੀ ਰਿਜ਼ਲਟ ਪੋਜ਼ਿਟਿਵ ਆਇਆ। ਸੋ ਆਈ ਅਪਰੀਸ਼ੀਏਟ ਯੋਰ ਟਾਈਮ ਐਂਡ ਥੈਂਕ ਯੂ ਵੈਰੀ ਮੱਚ ਫੋਰ ਯੋਰ ਗੁੱਡ ਲੱਕ ਫੋਰ ਯੋਰ ਫਿਊਚਰ ਲਾਈਫ। ਕਿੱਦਾਂ ਦਾ ਮਾਹੌਲ ਹੈ, ਕਿੱਦਾਂ ਦਾ ਮਾਹੌਲ ਹੈ ਹੁਣ ਤੇ ਜਾ ਕੇ ਉਹਨਾਂ ਨੇ, ਹੁਣ ਤੇ ਉਹਨਾਂ ਨੂੰ ਟਰੈਕਟਰ ਚਲਾਉਣਾ ਸਿੱਖ ਲਓ, ਕੁਛ ਟ੍ਰੇਨਿੰਗ ਲੈ ਲਓ ਇੱਥੋਂ ਇੱਥੇ ਹੀ ਪਹਿਲਾਂ। ਹਾਂਜੀ ਹਾਂਜੀ, ਬਿਲਕੁਲ ਜੀ, ਹੁਣ ਤਾਂ ਲਾਈਕ ਅਸੀਂ ਲਾਈਕ ਇੰਨੇ ਬਿਜ਼ੀ ਹੋ ਗਏ, ਲਾਈਕ ਕੱਲ ਦਾ ਦੇਖੋ ਸਰ, ਅਸੀਂ ਉੱਥੋਂ ਜਿਹਾ ਤੁਰੇ ਡੈਲੀ ਤੋਂ, ਸਾਡੇ ਕੋਲ 3 ਫੋਨ ਤੇ 3 ਫੋਨ ਬਿਜ਼ੀ ਜਾ ਰਹੇ ਤੇ ਘਰ 8 ਘੰਟੇ ਸਾਡੇ ਫੋਨਾਂ ਤੇ, ਲਾਈਕ ਇੰਨਾ ਖੁਸ਼ੀ ਸੀ ਸਭ ਨੂੰ, ਓਕੇ ਚਲੋ ਹੋ ਗਿਆ ਜੀ। ਮਿਲਾਂਗੇ ਐਡਮਿੰਟਨ ਆਓ ਤੇ ਜਰੂਰ ਤਸ਼ਰੀਫ ਲਾਓ। ਬਿਲਕੁਲ ਸਰ, ਬਿਲਕੁਲ, ਥੈਂਕ ਯੂ ਸਰ।